ਕਰਫਿਊ ਦੇ ਚਲਦਿਆਂ ਅੱਜ ਫਗਵਾੜਾ ਵਿਖੇ ਕਰਮਦੀਪ ਸਿੰਘ ਨੇ ਆਪਣੀ ਟੀਮ ਸਮੇਤ ਗਰੀਬ ਪਰਿਵਾਰਾਂ ਨੂੰ ਲੰਗਰ ਅਤੇ ਰਾਸ਼ਨ ਸਮੱਗਰੀ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ KDT ਨਿਊਜ਼ ਨਾਲ ਗੱਲਬਾਤ ਕਰਦਿਆਂ ਯੂਥ ਨੇ ਕਿਹਾ ਕਿ ਜਦ ਤੱਕ ਕਰਫਿਊ ਲੱਗਾ ਰਹੇਗਾ ਅਸੀਂ ਗਰੀਬ ਪਰਿਵਾਰਾਂ ਨੂੰ ਲੰਗਰ ਅਤੇ ਰਾਸ਼ਨ ਦੀ ਸੁਵਿਧਾ ਪ੍ਰਦਾਨ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਰਮਦੀਪ ਸਿੰਘ ਕੰਮਾ, ਯੂਥ ਕਾਂਗਰਸ ਟ੍ਰੇਨਿੰਗ ਹਲਕਾ ਫਗਵਾੜੇ ਤੋਂ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਵਾਇਰਸ ਦਾ ਇਸ ਵੇਲੇ ਕਰੋਪ ਪੂਰੀ ਦੁਨੀਆਂ ਦੇ ਪਹਾੜ ਬਣ ਕੇ ਟੁੱਟਿਆ ਹੋਇਆ ਹੈ। ਪੂਰਾ ਐਡਮਿਨਿਸਟ੍ਰੇਸ਼ਨ, ਪੰਜਾਬ ਸਰਕਾਰ ਸਾਡੀ ਸੇਫਟੀ ਵਾਸਤੇ ਦਿਨ ਰਾਤ ਕਰਨ ਲੱਗਾ ਹੋਇਆ। ਸਾਡਾ ਵੀ ਕੁਛ ਫਰਜ਼ ਬਣਦੇ ਨੇ, ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਈਏ ਅਤੇ ਆਪਾਂ ਨੂੰ ਆਪਣੇ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਵੀ ਸੁਰੱਖਿਅਤ ਰਹੀਏ ਅਤੇ ਆਪਣੀ ਫੈਮਿਲੀ ਵੀ ਸੁਰੱਖਿਅਤ ਕਰ ਸਕੀਏ। ਅਤੇ ਸਾਨੂੰ ਉਹਨੇ ਪੂਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਤੇ ਅਸੀਂ ਯੂਥ ਕਾਂਗਰਸ, ਸਾਡੀ ਸਾਰੀ ਟੀਮ ਲੰਗਰ ਦੀ ਮੁਹਿੰਮ ਸ਼ੁਰੂ ਕਰਨ ਲੱਗੀ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਈ ਸਲੰਮਸ ਏਰੀਆ 'ਚ ਜਿਹੜੇ ਵਿਚਾਰੇ, ਉਹਨਾਂ ਦਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਹੈ ਹਾਲਾਤ। ਜਿਹੜੇ ਸਵੇਰੇ ਆਪਣੀ ਕਮਾਈ ਕਰਦੇ, ਰਾਤ ਨੂੰ ਉਹਨਾਂ ਦਾ ਫੁਲਕਾ ਘਰ ਦਾ ਬਣਦਾ ਹੈ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਸਾਰੀ ਟੀਮ ਲੰਗਰ ਤਿਆਰ ਕਰਕੇ ਉਹਨਾਂ ਦੇ ਘਰਾਂ ਘਰਾਂ ਵਿੱਚ ਜਾ ਕੇ ਪਹੁੰਚਾਊਗੀ। ਜੇ ਮੇਰਾ ਕੋਈ ਵੀਰ ਭੈਣ ਇਹਦੇ ਵਿੱਚ ਸਾਡਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਕਿਰਪਾ ਕਰਕੇ ਫੋਨ ਕਰ ਸਕਦਾ ਹੈ। ਸਾਡੇ ਮੋਬਾਈਲ ਨੰਬਰ 9883900092, 9814679083, 8528430199 ਇਹਦੇ 'ਤੇ ਸੰਪਰਕ ਹੈ। ਸਾਨੂੰ ਫੋਨ ਕਰ ਸਕਦਾ, ਅਸੀਂ ਉਹਨਾਂ ਦੇ ਘਰੋਂ ਸਮਾਨ ਅਸੀਂ ਘਰੋਂ ਜਾ ਕੇ ਲੈ ਕੇ, ਕਿਰਪਾ ਘਰੋਂ ਬਾਹਰ ਨਾਲ ਸਾਨੂੰ ਫੋਨ ਕਰ, ਘਰੋਂ ਜਾ ਕੇ ਤੁਹਾਡੇ ਸਮਾਨ ਲੈ ਕੇ। ਸਾਨੂੰ ਕਿਸੇ ਮਾਇਆ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਸਿਰਫ ਦਾਲ ਆਟਾ ਦੀ ਜੇ ਕੋਈ ਸੇਵਾ ਕਰਨਾ ਚਾਹੁੰਦਾ ਮੇਰਾ ਵੀਰ ਸਾਡੀ ਕਰ ਸਕਦਾ ਹੈ। ਤੁਹਾਡੇ ਸਾਰੇ ਸਹਿਯੋਗ ਦੇ ਨਾਲ ਹੀ ਆਪਾਂ, ਅਸੀਂ ਨਹੀਂ ਚਾਹੁੰਦੇ ਕੋਈ ਬੰਦਾ ਗਰੀਬ ਬਜ਼ੁਰਗ ਹੋਏ ਚਾਹੇ ਬੱਚਾ ਭੁੱਖਾ ਸੋਵੇ ਅਤੇ ਔਖੇ ਹੋਣ। ਆਪਣੇ ਜਿੰਨੀ ਮਦਦ ਕਰ ਸਕਦੇ ਕਰ ਸਕਦੇ, ਬਟ ਪਲੀਜ਼। ਅਮਰਜੀਤ ਬੰਗੜ ਦੀ ਰਿਪੋਰਟ, KDT ਨਿਊਜ਼ TV, ਫਗਵਾੜਾ।